ਸਾਸਰੀ ਕਾਲਜੀ ਤੁਹਾਡੇ ਆਪਣੇ ਪਿਆਰੇ ਚੈਨਲ ਸਟੱਡੀ ਬਾਰਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਪੀਐਸਪੀਸੀਲ ਵੱਲੋਂ ਤੁਹਾਨੂੰ ਪਤਾ ਜੋ ਆਊਟ ਕੀਤੇ ਗਏ ਦੋ ਲਿਸਟਾਂ ਆਊਟ ਕੀਤੇ ਗੀਆਂ ਨੇ ਇੱਕ ਵਿੱਚ ਜੋ ਤੁਹਾਡੇ ਕੈਂਡੀਡੇਟ ਜਿਨ੍ਹਾਂ ਦੇ ਆਪਣੇ ਡਾਕੂਮੈਂਟ ਵੈਰੀਫਿਕੇਸ਼ਨ ਹੋਣੇ ਨੇ ਠੀਕ ਹੈ 3700 ਤੇ ਸ਼ਾਇਦ 90 ਕੈਂਡੀਡੇਟ ਅਗੇ ਨੇ ਉਹ ਮੈਂ ਪਹਿਲਾਂ ਵੀਡੀਓ ਆਲਰੇਡੀ ਬਣਾ ਦਿੱਤੀ ਉਸ ਉੱਪਰ ਠੀਕ ਹੈ ਉਹ ਜਿਹੜੀ ਲਿਸਟ ਆਊਟ ਕੀਤੀ ਗਈ ਕਿਹੜੇ ਕਿਹੜੇ ਕੈਂਡੀਡੇਟ ਅਗੇ ਨੇ ਤੁਸੀਂ ਉਹ ਲਿਸਟ ਵੇਖ ਸਕਦੇ ਹੋ ਪਹਿਲਾਂ ਮੈਂ ਉਸ ਤੇ ਆਲਰੇਡੀ ਵੀਡੀਓ ਬਣਾ ਦਿੱਤੀ ਤੋਂ ਜੋ ਲਿਸਟ ਆ ਗਈਆਂ ਸਾਰੀਆਂ ਮੈਂ ਪਾਰਤੀਆਂ ਆਪਣੇ ਵਟਸਐਪ ਗਰੁੱਪ ਤੇ ਟੈਲੀਗ੍ਰ ਬੰង ਜ਼ਰੂਰ ਕਰ ਲੋ ਤੁਸੀਂ ਜੋ ਮੈਨੂੰ ਮੈਸੇਜ ਵੀ ਕਰ ਸਕਦੇ ਹੋ 7589712809 ਤੇ ਮੈਨੂੰ ਮੈਸੇਜ ਕਰ ਸਕਦੇ ਹੋ ਜੇਕਰ ਤੁਹਾਡੀ ਕੋਈ ਵੀ ਇਨਕੁਆਰੀ ਹੈ ਕੋਈ ਵੀ ਡਾਊਟ ਨੇ ਠੀਕ ਹੈ ਤਾਂ ਮੈਨੂੰ ਮੈਸੇਜ ਕਰ ਸਕਦੇ ਹੋ ਜੋ ਇਹਨਾਂ ਇਹ ਦੂਜੇ ਨੰਬਰ ਤੇ ਸੈਕੰਡ ਨੰਬਰ ਤੇ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਜਿਸ ਵਿੱਚ ਇਹ ਮੈਂਸ਼ਨ ਕੀਤਾ ਗਿਆ ਕਿ ਕਿਡਕ ਡਾਕੂਮੈਂਟ ਤੁਹਾਡੇ ਚਾਹੀਦੇ ਨੇ ਤਾਂ ਇਹ ਵੀਡੀਓ ਪੂਰਾ ਜ਼ਰੂਰ ਦੇਖਣਾ ਠੀਕ ਹੈ ਕਿਉਂਕਿ ਇਹ ਵੀਡੀਓ ਨਾ ਵਖੋਗੇ ਤਾਂ ਫਿਰ ਤੁਹਾਨੂੰ ਸਮਝ ਨਹੀਂ ਆਉਣੀ ਤੁਹਾਡੇ ਜੋ ਡਾਕੂਮੈਂਟ ਤੁਹਾਨੂੰ ਲੈ ਕੇ ਜਾਣੇ ਪਾਣੇ ਨੇ ਜੇਕਰ ਤੁਹਾਡੇ ਕੋਲ ਡਾਕੂਮੈਂਟ ਨਹੀਂ ਹੈਗੇ ਤਾਂ ਤੁਸੀਂ ਬਾਹਰ ਆ ਜਾਓਗੇ ਤਾਂ ਇਹ ਤੁਹਾਡੇ ਕੋਲ ਡਾਕੂਮ ਡਾਕੂਮੈਂਟ ਲੈ ਕੇ ਜਾਣੇ ਨੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ ਸਕਿੱਪ ਨਹੀਂ ਕਰਨਾ ਇੱਕ ਵੀ ਜੇਕਰ ਤੁਸੀਂ ਸਕਿੱਪ ਕਰ ਦੋਗੇ ਪੁਆਇੰਟ ਨੂੰ ਤਾਂ ਫਿਰ ਤੁਹਾਨੂੰ ਸਮਝ ਨਹੀਂ ਆਉਣੀ ਫਿਰ ਤੁਹਾਡੇ ਬਹੁਤ ਕਮੈਂਟ ਆਉਣ ਲੱਗ ਜਾਂਦੇ ਨੇ ਤਾਂ ਇੱਕ ਵਾਰੀ ਵੀਡੀਓ ਨੂੰ ਪੂਰਾ ਜ਼ਰੂਰ ਵੇਖ ਲਿਆ ਕਰੋ ਫਿਰ ਤੁਹਾਡੇ ਮਨ 'ਚ ਕੋਈ ਡਾਊਟ ਰਹਿੰਦਾ ਤੁਹਾਨੂੰ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਤਾਂ ਸਭ ਤੋਂ ਪਹਿਲਾਂ ਇਹਨਾਂ ਮੈਂਸ਼ਨ ਕੀਤਾ ਗਿਆ ਕਿ ਕਿ ਡਾਕੂਮੈਂਟ ਲੈ ਕੇ ਜਾਣੇ ਨੇ ਇੱਥੇ ਮੈਂਸ਼ਨ ਕੀਤਾ ਗਿਆ ਜੋ ਤੁਹਾਡੇ ਅਸਲ ਸਰਟੀਫਿਕੇਟ ਹੋਗੇ ਠੀਕ ਹੈ ਤਾਂ ਨਾਲ ਇੱਕ ਇੱਕ ਫੋਟੋ ਕਾਪੀ ਜੋ ਸੈੱਟ ਬਣਾ ਲੈਣਾ ਤੇ ਆਪਣੇ オリジナル ਵੀ ਲੈ ਜਾਣਾ ਤੇ ਫੋਟੋ ਕਾਪੀਆਂ ਵੀ ਲੈ ਜਾਣਾ ਠੀਕ ਹੈ ਤੇ ਇੱਕ ਸੈੱਟ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਇੱਕ ਨੰਬਰ ਤੇ ਜਿਵੇਂ ਨਾ ਮੈਂਸ਼ਨ ਕੀਤਾ ਕਿ ਜਨਮ ਮਿਤੀ ਦਰਸਾਉਂਦਾ ਮੈਟ੍ਰਿਕ ਯਾਨਕੀ 10ਵੀਂ ਦਾ ਸਰਟੀਫਿਕੇਟ ਲੈ ਜਾਣਾ ਉਸ ਵਾਰਗਾ ਨਾ ਮੈਂਸ਼ਨ ਕੀਤਾ ਕਿ ਮੈਟ੍ਰਿਕ ਪੱਧਰ ਯਾਨਕੀ ਕਿ 10ਵੀਂ ਪੱਧਰ ਦੀ ਘਟੋਕੜ ਪੰਜਾਬੀ ਪਾਸ ਕਰਨ ਦੇ ਸਬੂਤ ਤਵਜੋਂ ਸਰਟੀਫਿਕੇਟ ਜੋ ਕਿ ਕਿਸੇ ਸਿੱਖਿਆ ਬੋਰਡ ਜਾਂ ਪਾਸ਼ਾ ਵਿਭਾਗ ਪੰਜਾਬ ਸਰਕਾਰ ਤੋਂ ਜਾਰੀ ਹੋਵੇ ਤਿੰਨ ਮੈਂਸ਼ਨ ਕੀਤਾ ਕਿ 10ਵੀਂ ਪੱਧਰ ਤੱਕ ਤੁਹਾਡੀ ਜੋ ਘਟੋਕੜ ਪੰਜਾਬੀ ਨਾਲ ਤੁਸੀਂ ਜੋ 10ਵੀਂ ਪਾਸ ਆਊਟ ਕੀਤੀ ਹੋਣੀ ਚਾਹੀਦੀ ਏ ਜੋ ਤੁਸੀਂ 10ਵੀਂ ਦਾ ਸਰਟੀਫਿਕੇਟ ਲੈ ਜਾ ਸਕਦੇ ਹੋ ਤੇ ਉਸ ਵਾਰਗ ਵਿਗਿਆਪਨ ਵਿੱਚ ਨਿਰਧਾਰਤ ਵਿਦਿਅਕ ਯੋਗਤਾ ਅ ਨੈਸ਼ਨਲ ਅਪਰਿੰਟ ਸਨ ਅਲਾਈਨਮੈਂਟ ਟਰੇਡ ਵਿੱਚ ਪਾਸ ਸਰਟੀਫਿਕੇਟ ਅਤੇ ਡੀ ਐਮ ਸੀ ਠੀਕ ਹੈ ਇੰਪੋਰਟੈਂਟ ਹੈ ਇਹ ਨਾ ਅਲਾਈਨਮੈਂਟ ਟਰੇਡ ਵਿੱਚ ਮੰਗਿਆ ਤੁਹਾਡੇ ਕੋਲ ਜੋ ਐਨ ਐ ਸੀ ਮੰਗੀ ਏ ਜੋ ਕਿ ਡੀ ਐਮ ਸੀ ਲੈ ਕੇ ਜਾਣੀ ਤੇ ਨਾਲ ਤੁਹਾਡੇ ਕੋਲ ਸਰਟੀਫਿਕੇਟ ਹੋਣਾ ਚਾਹੀਦਾ ਨਾ ਮੈਂਸ਼ਨ ਕੀਤਾ ਗਿਆ ਵੇਖ ਸਕਦੇ ਹੋ ਤੇ ਉਸ ਵਾਰ ਤੁਹਾਡੀ ਜੋ ਕੈਟਾਗਰੀ ਹੈਗੀ ਠੀਕ ਹੈ ਇੱਥੇ ਮੈਂਸ਼ਨ ਕੀਤਾ ਗਿਆ ਅਨੁਸੂਚਿਤ ਜਾਤੀ ਨਾਲ ਸੰਬੰਧ ਰੱਖਣ ਵਾਲੇ ਉਮੀਦਵਾਰਾਂ ਤੇ ਜੋ ਉਪ ਮੰਡਲ ਅਫਸਰ ਸਿਵਲ ਵੱਲੋਂ ਅਨੁਸੂਚਿਤ ਜਾਤੀ ਦਾ ਜਾਰੀ ਕੀਤਾ ਸਰਟੀਫਿਕੇਟ ਪੇਸ਼ ਕਰਨਾ ਹੈ ਇਸ ਆਪਣਾ ਸਰਟੀਫਿਕੇਟ ਪੰਜਾਬ ਸਰਕਾਰ ਵੱਲੋਂ ਨਾਮਜ਼ਦ ਕੀਤੇ ਗਏ ਅਧਿਕਾਰੀਆਂ ਵੱਲੋਂ ਜਾਰੀ ਕੀਤਾ ਹੋਣਾ ਚਾਹੀਦਾ ਹੈ ਜਿਨ੍ਹਾਂ ਕੋਲ ਸਰਟੀਫਿਕੇਟ ਜਾਰੀ ਕਰਨ ਦੀ ਅਥਾਰਟੀ ਹੋਵੇ ਇਸ ਸਰਟੀਫਿਕੇਟ ਤੇ ਜਾਰੀ ਕਰਤਾ ਦਫਤਰ ਦੀ ਸਟੈਂਪ ਪਤੇ ਜਾਰੀ ਕਰਨ ਦੀ ਮਿਤੀ ਨੰਬਰ ਵੀ ਦਰਸਾਇਆ ਹੋ ਜਾਵੇ ਠੀਕ ਹੈ ਤਾਂ ਨਮੂਨਾ ਨੈਕਚਰ A ਵਿੱਚ ਅਨੁਸਾਰ ਹੋਵੇ ਨੈਕਚਰ ਸਾਰੇ ਥੱਲੇ ਦਿੱਤੇ ਹਨ ਬਾਊਸਰ ਕੈਂਡੀਡੇਟ ਦੇ ਕਮੈਂਟ ਆ ਰਹੇ ਸੀ ਮੈਨੂੰ ਕਿ ਨੈਕਚਰ ਸਰ ਸਾਨੂੰ ਚਾਹੀਦੇ ਨੈਕਚਰ B1 B2 ਨੈਕਚਰ A ਤਾਂ ਫਾਈਨਲੀ ਜੋ ਇਸ ਵਿੱਚ PDF ਵਿੱਚ ਥੱਲੇ ਸਾਰਾ ਕੁਝ ਮੈਂਸ਼ਨ ਕੀਤਾ ਗਿਆ ਨੈਕਚਰ ਦਿੱਤੇ ਇਹਨੇ ਤੁਸੀਂ ਜੋ ਡਾਊਨਲੋਡ ਕਰਕੇ ਪ੍ਰਿੰਟ ਆਊਟ ਕਢਵਾ ਸਕਦੇ ਨਾਲ ਲੈ ਕੇ ਜਾਣਾ ਇਹ ਵੀ ਲੈ ਕੇ ਜਾਣੇ ਠੀਕ ਹੈ ਤਾਂ ਸਾਰਾ ਕੁਝ ਮੈਂਸ਼ਨ ਕੀਤਾ ਗਿਆ ਤੁਹਾਨੂੰ ਮੈਂ ਦੱਸ ਦਾਂਗਾ ਕਿ ਕਿਹੜੇ ਕਿਹੜੇ ਨੈਕਚਰ ਨੇ ਕਿਹੜੇ ਕਿਹੜੇ ਠੀਕ ਹੈ ਆਊ ਕਿਪ ਨਹੀਂ ਕਰਨਾ ਪਰ ਨਾਮੈਂਸ਼ਨ ਕੀਤਾ ਕਿ ਸਾਬਕਾ ਫੌਜੀ ਜਾਂ ਉਹਨਾਂ ਤੇ ਨਿਰਭਰ ਜੋ ਬੱਚਿਆਂ ਲਈ ਜੋ ਕੈਂਡੀਡੇਟ ਜਿੰਨਾਂ ਨੇ ਇਸ ਵਿੱਚ ਅਪਲਾਈ ਕੀਤਾ ਸੀ ਐਕਸ ਸਰਵਿਸਮੈਨ ਸਰਟੀਫਿਕੇਟ ਹੋ ਗਿਆ ਜਾਂ ਜ਼ਿਲ੍ਹਾ ਸੈਨਿਕ ਪਲਾਈ ਅਫਸਰ ਵੱਲੋਂ ਸਾਈਕਲਾਈਨ ਮੈਂਡ ਦੀ ਸਾਮੀ ਲਈ ਜਾਰੀ ਕੀਤਾ ਐਲ ਡੀਸੀ ਸਰਟੀਫਿਕੇਟ ਠੀਕ ਹੈ ਜੋ ਵੀ ਤੁਸੀਂ ਜੋ ਇਸ ਕੈਟਾਗਰੀ ਵਿੱਚ ਜਿੰਨਾਂ ਵੀ ਅਪਲਾਈ ਕੀਤਾ ਸੀ ਠੀਕ ਸਾਬਕਾ ਫੌਜੀ ਜਾਂ ਉਹਨਾਂ ਤੇ ਨਿਰਮੜ ਬੱਚਿਆਂ ਲਈ ਤੋਂ ਇਹ ਲੈ ਕੇ ਜਾਣਾ ਸਾਬਕਾ ਫੌਜੀ ਅਤੇ ਉਸ ਦੇ ਜੋ ਆਸ਼ਰਿਤ ਬੱਚੇ ਗਏ ਨੇ ਅਲਫੀਆ ਬਿਆਨ ਵਾਸਤੇ ਜੋ ਨਮੂਨਾ ਆਏਗਾ ਨੈਕਸਚਰ ਸੀ 1 ਨੈਕਸਚਰ ਸੀ 2 ਇਹ ਵੀ ਤੁਸੀਂ ਲੈ ਜਾਣਾ ਪ੍ਰਿੰਟ ਆਊਟ ਕਢਾ ਕੇ ਤੋ ਉਸ ਵਾਰ ਇੱਕ ਪਾਸ 스ਕਿੱਪ ਕਰਗੇ ਪੁਆਇੰਟ ਠੀਕ ਪਰ ਮੈਂਸ਼ਨ ਕੀਤਾ ਗਿਆ ਮੈਂ ਤੁਹਾਨੂੰ ਦੱਸ ਦੇਣਾ ਪਛੜੀ ਸਰਾਣੀ ਨਾਲ ਸਬੰਧ ਰੱਖਣ ਵਾਲੇ ਉਮੀਦਵਾਰ ਪੰਜਾਬ ਸਰਕਾਰ ਰਾਹੀਂ ਕੋਸ਼ਿਤ ਕੀਤੀਆਂ ਪਛੜੀਆਂ ਜਾਤੀਆਂ ਨਾਲ ਸਬੰਧਤ ਸਰਟੀਫਿਕੇਟ ਉਪ ਮੰਡਲ ਅਫਸਰ ਸਿਵਲ ਜਾਂ ਪੰਜਾਬ ਸਰਕਾਰ ਵੱਲੋਂ ਨਾਮਜ਼ਦ ਕੀਤੇ ਅਧਿਕਾਰੀਆਂ ਵੱਲੋਂ ਜਾਰੀ ਕੀਤਾ ਹੋਇਆ ਹੋਵੇ ਪੇਸ਼ ਕਰਨਗੇ ਜਿਨ੍ਹਾਂ ਕੋਲੇ ਸਰਟੀਫਿਕੇਟ ਜਾਰੀ ਕਰਨ ਦੀ ਅਥਾਉਟੀ ਹੋਵੇ ਨਮੂਨਾ ਨੈਕਸਚਰ B1 ਅਤੇ ਕ੍ਰੀਮੀ ਲੇਅਰ ਜੋ ਹੋਏਗੇ ਨੇ ਠੀਕ ਹੈ ਉਹ ਨਾ ਹੋਣ ਸਬੰਧੀ ਸਵੈ ਕੋਸ਼ਣ ਹੈਗਾ ਨੈਕਸਚਰ B2 ਠੀਕ ਹੈ ਜੋ ਸਵੈ ਕੋਸ਼ਣ ਹੈਗਾ ਨੈਕਸਚਰ B2A ਲੈ ਕੇ ਜਾਣਾ ਤੇ ਇੱਥੇ ਮੈਂਸ਼ਨ ਕੀਤਾ ਗਿਆ ਤੁਸੀਂ ਆਪਣੀ ਕੈਟਾਗਰੀ ਵਾਈਜ਼ ਤੋਂ ਚੈੱਕ ਕਰ ਸਕਦੇ ਹੋ ਠੀਕ ਤਾਂ ਉਸ ਤੋਂ ਬਾਅਦ ਸੁਤੰਤਰਤਾ ਜੰਗਰਾਮੀ ਦੇ ਪੁੱਤਰ ਪੋਤਰੇ ਪੋਤਰੀਆਂ ਦੋਤਰੇ ਦੋਤਰੀਆਂ ਵਾਲੇ ਉਮੀਦਵਾਰ ਜੋ ਹੋਏਗੇ ਨੇ ਤੋਂ ਆਪਣੇ ਜੋ ਸਰਟੀਫਿਕੇਟ ਲੈ ਕੇ ਜਾਣਗੇ ਇਸ ਕੈਟਾਗਰੀ ਨਾਲ ਸੰਬੰਧ ਰੱਖਣ ਵਾਲੇ ਉਮੀਦਵਾਰਾਂ ਨੂੰ ਸੰਬੰਧਤ ਜੋ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤਾ ਅਸਲ ਸਰਟੀਫਿਕੇਟ ਪੇਸ਼ ਕਰਨਾ ਹੋਵੇਗਾ ਅਤੇ ਪੰਜਾਬ ਸਰਕਾਰ ਤੋਂ ਆਪਣਾ ਪ੍ਰਾਪਤ ਕੀਤੀ ਜਾਂ ਪ੍ਰਾਪਤ ਕਰ ਰਹੇ ਪੈਨਸ਼ਨ ਵੱਜੋਂ ਸਬੂਤ ਪੇਸ਼ ਕਰਨਾ ਹੋਵੇਗਾ ਤੇ ਇੱਥੇ ਮੈਂਸ਼ਨ ਕੀਤਾ ਗਿਆ ਤੁਸੀਂ ਵੇਖ ਸਕਦੇ ਹੋ ਠੀਕ ਖਿਡਾਰੀ ਉਮੀਦਵਾਰਾਂ ਲਈ ਖਿਡਾਰੀ ਦਾ ਸਰਟੀਫਿਕੇਟ ਹੋ ਗਿਆ ਠੀਕ ਹੈ ਇੱਥੇ ਤਾਂ ਗਿਆ ਤੁਹਾਡੇ ਕੋਲ ਜੋ ਇਸ categories ਨਾਲ ਸੰਬੰਧ ਰੱਖਣ ਵਾਲੇ ਉਮੀਦਵਾਰ ਨੂੰ ਸੰਬੰਧਿਤ ਅਧਿਕਾਰੀ ਡਾਇਰੈਕਟਰਟ ਸਪੋਰਟਸ ਪੰਜਾਬ ਚੰਡੀਗੜ੍ਹ ਰਾਹੀਂ ਇਸ ਸੰਬੰਧੀ ਜਾਰੀ ਕੀਤਾ ਗਿਆ ਗ੍ਰੇਡ ਜੋ ਸਰਟੀਫਿਕੇਟ ਹੁੰਦਾ ਜਿਵੇਂ ਜਿਹੜਾ A B C ਜੋ ਗ੍ਰੇਡ ਅਤੇ ਉਸ ਨੇ ਇਸ ਇਵੈਂਟ ਵਿੱਚ ਪਹਿਲੀ ਦੂਜੀ ਤੀਜੀ ਪੋਜੀਸ਼ਨ ਹਾਸਲ ਕੀਤੀ ਹੋਵੇ ਨਾਲ ਲੈ ਕੇ ਆਉਣ ਆਗੀਨ ਜੋ ਹੈਂਡੀਕੈਪ ਆਪਣੇ ਗਿਣ ਕੈਂਡੀਡੇਟ ਠੀਕ ਇੱਥੇ ਮੈਂਸ਼ਨ ਕੀਤਾ ਗਿਆ ਹੈ ਸਾਰਾ ਕੁਝ ਵੇਖ ਸਕਦੇ ਹੋ ਤੇ ਆਗੀਨ ਜੋ ਹੈਂਡੀਕੈਪ ਕੈਂਡੀਡੇਟ ਆਪਣਾ ਸਰਟੀਫਿਕੇਟ ਲੈ ਕੇ ਜਾਣਗੇ ਮੈਡੀਕਲ ਬੋਰਡ ਵੱਲੋਂ ਜਾਰੀ ਕੀਤਾ ਹੋਵੇ ਅਤੇ ਅਪੰਗਤਾ ਘਟੋ ਘਟ 40% ਹੋਵੇ ਪੇਸ਼ ਕਰਨਗੇ ਨੈਕਸਚਰ ਡੀ ਵਿੱਚ ਦਿੱਤਾ ਹੈ ਇਸ ਨੂੰ ਤੁਸੀਂ ਪ੍ਰਿੰਟ ਆਊਟ ਕਢਵਾ ਲੈਣਾ ਇਸ ਤੋਂ ਇਲਾਵਾ ਇੱਕ ਫੋਟੋ ਜਿਸ ਵਿੱਚ ਉਹਨਾਂ ਦੀ ਪੰਗਤਾ ਸਾਫ਼ ਅਤੇ ਸਪਸ਼ਟ ਦਿਖਤੀ ਹੋਵੇ ਨਾਲ ਲੈ ਕੇ ਆਉਣੀ ਲਾਜ਼ਮੀ ਹੈ ਤੇ ਉਸ ਬਰ ਨੋਟ ਵਿੱਚ ਨਾ ਮੈਂਸ਼ਨ ਕੀਤਾ ਗਿਆ ਇੱਕ ਨੰਬਰ ਤੇ ਹਰੇਕ ਜੋ ਰਿਜ਼ਰਵਡ ਕੈਟਾਗਰੀ ਹੈਗੀ ਠੀਕ ਹੈ ਨਾਲ ਸੰਬੰਧਤ ਉਮੀਦਵਾਰ ਵੱਲੋਂ ਡੋਮਿਸਲ ਸਰਟੀਫਿਕੇਟ ਰਿਆਸੀ ਸਰਟੀਫਿਕੇਟ ਪੇਸ਼ ਕਰਨਾ ਲਾਜ਼ਮੀ ਹੋਵੇਗਾ ਜੋ ਕਿ ਮਿਤੀ 1/1/2022 ਤੋਂ ਪੁਰਾਣਾ ਨਹੀਂ ਹੋਵੇਗਾ ਤਾਂ ਇਹ ਫਾਈਨਲੀ ਜੋ ਮੈਂ ਨਾ ਅਪਡੇਟ ਕੀਤਾ ਗਿਆ 1/1/2022 ਤੋਂ ਵੱਡਾ ਜੋ ਪੁਰਾਣਾ ਨਹੀਂ ਹੋਣਾ ਚਾਹੀਦਾ ਦੂਸਤਵਾਂ ਨ ਮੈਂਸ਼ਨ ਕੀਤਾ ਦਸਤਾਵੇਜ਼ ਚੈਕਿੰਗ ਤੇ ਪੇਸ਼ ਕੀਤੇ ਜਾਣ ਵਾਲੇ ਅਸਲ ਸਰਟੀਫਿਕੇਟ ਦਸਤਾਵੇਜ਼ਾਂ ਦੇ ਨਾਲ ਉਹਨਾਂ ਦੀ ਇੱਕ ਇੱਕ ਫੋਟੋ ਕਾਪੀ ਵੀ ਉਮੀਦਵਾਰ ਨਾਲ ਲੈ ਕੇ ਆ ਹੁਣ ਤਾਂ ਮੈਂਸ਼ਨ ਕੀਤਾ ਗਿਆ ਫਿਰ ਤੁਹਾਨੂੰ ਮੈਂ ਦੱਸ ਦੇਣਾ ਅਸਲ ਸਰਟੀਫਿਕੇਟ ਵੀ ਲੈ ਕੇ ਜਾਣੇ ਤੇ ਨਾਲ ਤੁਸੀਂ ਇੱਕ ਇੱਕ ਫੋਟੋ ਕਾਪੀ ਵੀ ਲੈ ਕੇ ਜਾਣੀ ਹੈ ਤਾਂ ਇਹ ਨ ਮੈਂਸ਼ਨ ਕੀਤਾ ਗਿਆ ਫਿਰ ਮੈਂ ਤੁਹਾਨੂੰ ਕਹਿ ਦਿੰਦਾ ਠੀਕ ਹੈ ਤਾਂ ਭੁੱਲ ਨਹੀਂ ਜਾਣਾ ਠੀਕ ਇੱਕ ਇੱਕ ਫੋਟੋ ਕਾਪੀ ਲੈ ਜਾਣੀ ਤੇ origignal ਵੀ ਲੈ ਜਾਣੀ ਅਸਲ ਵੀ ਸਰਟੀਫਿਕੇਟ ਲੈ ਜਾਣੇ ਜੋ ਵੀ ਤੁਹਾਡੇ ਗਏ ਨੇ ਜੇਕਰ ਉਮੀਦਵਾਰ ਦਸਤਾਵੇਜ਼ ਚੈਕਿੰਗ ਸਮੇਂ ਲੋੜੀਂਦੇ ਵਿਦਿਅਕ ਯੋਗਤਾ ਸਰਟੀਫਿਕੇਟ ਮੁਕੰਮਲ ਰੂਪ ਵਿੱਚ ਪੇਸ਼ ਨਹੀਂ ਕਰਦੇ ਤਾਂ ਪੀਐਸਪੀਸੀਲ ਵੱਲੋਂ ਉਹਨਾਂ ਦੀ ਪਾਤਰਤਾ ਰੱਦ ਕੀਤੀ ਜਾ ਸਕਦੀ ਹੈ ਤਾਂ ਤੁਹਾਡੇ ਕੋਲ ਜੋ ਇਹ ਡਾਕੂਮੈਂਟ ਨ ਮੈਂਸ਼ਨ ਕੀਤੇ ਗਏ ਜ਼ਰੂਰੀ ਹੋਣੇ ਚਾਹੀਦੇ ਨੇ ਤੇ ਨਹੀਂ ਤੁਹਾਡੇ ਇੱਥੇ ਮੈਂਸ਼ਨ ਕੀਤਾ ਗਿਆ ਪੀਐਸਪੀਸੀਲ ਵੱਲੋਂ ਉਹਨਾਂ ਦੀ ਜੋ ਪ ਹਾਂ ਤਾਂ ਮੈਂਸ਼ਨ ਕੀਤਾ ਗਿਆ ਠੀਕ ਹੈ ਤਾਂ ਉਸ ਤੋਂ ਬਾਅਦ ਇਹਨਾਂ ਥੱਲੇ ਵੇਖੋ ਨੈਕਚਰ ਦਿੱਤੇ ਨੈਕਚਰ A ਵਿੱਚ ਜਿਵੇਂ ਦਿੱਤਾ ਫ੍ਰੋਮ ਕਾਸਟ ਜੋ ਸਰਟੀਫਿਕੇਟ ਹੋ ਗਿਆ ਸ਼ਡਿਊਲਡ ਕਾਸਟ ਜਨਕੀ ਐਸੀ ਕਾਸਟ ਵਾਸਤੇ ਤੇ ਮੈਂਸ਼ਨ ਕੀਤਾ ਗਿਆ ਨੈਕਚਰ B1 ਦੀ ਗੱਲ ਕਰੀ ਉਸ ਤੋਂ ਬਾਅਦ ਨੈਕਚਰ B2 ਦਿੱਤਾ ਤਾਂ ਬਹੁਤ ਸਾਰੇ ਬੱਚਿਆਂ ਦੇ ਕਮੈਂਟ ਆ ਰਹੇ ਸੀ ਤਾਂ ਇੱਥੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਇਹ ਤੁਹਾਨੂੰ PDF ਮਿਲ ਜਾਏਗਾ ਮੇਰੇ WhatsApp ਤੇ Telegram ਗਰੁੱਪ ਵਿੱਚ ਤਾਂ ਲਿੰਕ ਮਿਲਦੇ ਤੋਂ ਡਿਸਕ੍ਰਿਪਸ਼ਨ ਬਾਕਸ ਵਿੱਚ ਜਿਨ੍ਹਾਂ ਨੇ ਜੁਆਇਨ ਨਹੀਂ ਕੀਤੀ ਤਾਂ ਜੁਆਇਨ ਜ਼ਰੂਰ ਕਰ ਲਓ ਤੇ ਉਸ ਤੋਂ ਬਾਅਦ ਨੈਕਚਰ C1 ਹੋ ਗਿਆ ਨੈਕਚਰ C2 ਹੋ ਗਿਆ ਤੋ ਉਸ ਬਾਰੇ ਥੱਲੇ ਨੈਕਸਰੇਡੀ ਹੋ ਗਿਆ ਤੇ ਇਸ ਤਰ੍ਹਾਂ ਥੱਲੇ ਲਗ ਦਿੱਤੇ ਨੇ ਲਗ ਲਗ ਠੀਕ ਜੋ ਵੀ ਤੁਹਾਡਾ ਹੈਗਾ ਕੈਟਾਗਰੀ ਅਕੋਰਡਿੰਗ ਉਸ ਅਕੋਰਡਿੰਗ ਤੁਸੀਂ ਡਾਊਨਲੋਡ ਕਰਕੇ ਪ੍ਰਿੰਟ ਆਊਟ ਕਢਵਾ ਸਕਦੇ ਨਾਲ ਲੈ ਕੇ ਜਾੜਾ ਭਰ ਕੇ ਤੇ ਜੋ ਠੀਕ ਹੈ ਅਪਡੇਟ ਕੀਤੀ ਗਈ ਤੁਹਾਡਨ ਜਾਣਕਾਰੀ ਸਾਂਝਾ ਕਰਨਾ ਚਾਹੁੰਦਾ ਸੀ ਜੇਕਰ ਤੁਹਾਡਾ ਮਨ ਚ ਕੋਈ ਵੀ ਡਾਊਟ ਕੋਈ ਸਵਾਲ ਤਾਂ ਮੈਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਤੇ ਜਾਣ ਕਰ ਸੀ ਅਪਡੇਟਸ ਤੁਹਾਡਨ ਜਾਣਕਾਰੀ ਸਾਂਝਾ ਕਰਨਾ ਚਾਹੁੰਦਾ ਸੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ